ਫਰੌਤੀਆਂ ਮੰਗਣ ਵਾਲੇ ਤਰਨਤਾਰਨ ਪੁਲਿਸ ਵੱਲੋਂ ਕੀਤੇ ਕਾਬੂ। ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜੁਰਮ ਦੇ ਖਿਲਾਫ ਇੱਕ ਜਿਹੜੀ ਸਖ਼ਤ ਲੜਾਈ ਦੀ ਸ਼ੁਰੂਆਤ ਜਿਹੜੀ ਕੀਤੀ ਗਈ ਹੈ, ਉਹਦੀ ਲੜੀ ਦੇ ਵਿੱਚ ਹੀ ਤਰਨ ਤਾਰਨ ਪੁਲਿਸ ਨੂੰ ਅੱਜ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ, ਜਿਹਦੇ ਵਿੱਚ ਇੱਕ ਗੁੱਟ ਹੈਗਾ ਹੈ ਜਿਹੜਾ ਕਿ ਤਰਨ ਤਾਰਨ ਸ਼ਹਿਰ ਦੇ ਵਿੱਚ ਕਾਫ਼ੀ ਲੋਕਾਂ ਤੋਂ ਜਿਹੜਾ ਫਿਰੌਤੀਆਂ ਮੰਗਦਾ ਸੀ ਉਹ ਅਸੀਂ ਜਿਹੜਾ ਬਸਟ ਕੀਤਾ ਹੈਗਾ। ਕੱਲ੍ਹ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਜਿਹੜੇ ਕੰਪਲੇਨੈਂਟ ਹੈਗੇ ਆ ਉਹਨਾਂ ਨੂੰ ਇੱਕ ਐਕਸਟੋਰਸ਼ਨ ਕਾਲ ਆਈ ਸੀ ਇੱਕ ਵਰਚੁਅਲ ਨੰਬਰ ਤੋਂ, ਜਿਹਦੇ ਵਿੱਚ ਕਾਲਰ ਨੇ ਉਹਨਾਂ ਤੋਂ 10 ਲੱਖ ਰੁਪਏ ਦੀ ਜਿਹੜੀ ਫਿਰੌਤੀ ਮੰਗੀ ਸੀ। ਇਮੀਡੀਏਟਲੀ ਇੱਥੇ ਕਾਰਵਾਈ ਕਰਦੇ ਹੋਏ ਤਰਨ ਤਾਰਨ ਪੁਲਿਸ ਨੇ ਪਰਚਾ ਦਰਜ ਕੀਤਾ ਹੈਗਾ। ਵਰਚੁਅਲ ਨੰਬਰ ਦੀ ਜਿਹੜੀ ਡੂੰਘਾਈ ਨਾਲ ਜਿਹੜੀ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਅਤੇ ਹਿਊਮਨ ਇੰਟੈਲੀਜੈਂਸ ਨਾਲ ਕਾਫ਼ੀ ਡੂੰਘਾਈ 'ਚ ਤਫਤੀਸ਼ ਕੀਤੀ ਗਈ ਹੈ, ਜ਼ੀਰੋ ਡਾਊਨ ਕਰਕੇ ਜਿਹੜਾ ਅਸਲ ਦੋਸ਼ੀ ਅਸੀਂ ਟਰੇਸ ਕਰ ਲਏ ਹੈਗੇ ਆ। ਜਿਹੜਾ ਮੇਨ ਦੋਸ਼ੀ ਹੈਗਾ ਹੈ, ਦੋ ਦੋਸ਼ੀ ਹੈਗੇ ਆ। ਪਹਿਲਾ ਦੋਸ਼ੀ ਹੈਗਾ ਬਿੱਲੂ ਪੁੱਤਰ ਬਲਦੇਵ ਸਿੰਘ, ਸੱਚਖੰਡ ਰੋਡ ਤਰਨ ਤਾਰਨ ਦਾ ਰਹਿਣ ਵਾਲਾ ਹੈਗਾ ਹੈ, ਅਤੇ ਦੂਜਾ ਜਿਹੜਾ ਦੋਸ਼ੀ ਹੈਗਾ ਉਹ ਜੁਬੇਨਾਈਲ ਹੈਗਾ ਹੈ, ਚਾਈਲਡ ਇਨ ਕੋਨਫਲਿਕਟ ਵਿਦ ਲੋ, ਅਤੇ ਦੋਵੇਂ ਜਿਹੜੇ ਅਸੀਂ ਐਪਰੀਹੈਂਡ ਵੀ ਕਰ ਲਏ ਹੈਗੇ ਆ। ਇਹਨਾਂ ਕੋਲੋਂ ਜਿਹੜਾ ਮਲਟੀਪਲ ਫੋਨਸ, ਜਿਹੜੇ 3 ਫੋਨਸ ਰਿਕਵਰ ਹੋਏ ਹੈ, ਇਹਦੇ ਵਿੱਚ ਇਹ ਜਿਹੜਾ ਰੈਗੂਲਰ ਨੰਬਰ ਵੀ ਯੂਜ਼ ਕਰਦੇ ਸੀ ਅਤੇ ਵਰਚੁਅਲ ਨੰਬਰਸ ਵੀ ਯੂਜ਼ ਕਰਦੇ ਸੀਗੇ, ਅਤੇ ਉਹ ਸਾਰੀ ਜਿਹੜੀ ਡਿਟੇਲ ਹੈਗੀ ਹੈ ਜਿਹੜੇ ਫੋਨ ਤੋਂ ਕਾਲ ਹੋਈ ਹੈ ਸਾਰਾ ਜਿਹੜਾ ਰਿਕਵਰ ਹੋਇਆ ਹੈਗਾ। ਜਿਹੜਾ ਬਿੱਲੂ ਹੈਗਾ ਉਹ ਇੱਕ ਨਾਈ ਦਾ ਕੰਮ ਕਰਦਾ ਸੀਗਾ, ਤਾਂ ਜਿਹੜਾ ਜੁਬੇਨਾਈਲ ਹੈਗਾ ਉਹ ਇੱਕ ਮੋਬਾਈਲ ਸ਼ੌਪ 'ਤੇ ਕੰਮ ਕਰਦਾ ਸੀਗਾ। ਸਾਨੂੰ ਤਫਤੀਸ਼ ਦੇ ਦੌਰਾਨ ਦੋ ਵਰਚੁਅਲ ਨੰਬਰ ਮਿਲੇ ਹੈ ਜਿਨ੍ਹਾਂ ਤੋਂ ਇਹਨਾਂ ਨੇ ਹੋ ਸਕਦਾ ਹੈ ਕਾਲਾਂ ਕੀਤੀਆਂ ਹੋਣ। ਇੱਕ ਨੰਬਰ ਹੈ 90415-6326, ਇੱਕ ਇਹ ਵਰਚੁਅਲ ਨੰਬਰ ਸੀਗਾ। ਦੂਜਾ ਨੰਬਰ ਹੈ +60010090744649, ਇਹ ਦੋ ਵਰਚੁਅਲ ਨੰਬਰਸ ਹੈਗੇ ਆ। ਮੈਂ ਸਾਰੇ ਤਰਨ ਤਾਰਨ ਵਾਸੀਆਂ ਨੂੰ ਅਪੀਲ ਕਰਾਂਗਾ ਕਿ ਜੇ ਤੁਹਾਨੂੰ ਇਸ ਨੰਬਰ ਤੋਂ ਕਦੇ ਵੀ ਕਿਸੇ ਨੂੰ ਕਾਲ ਆਈ ਹੈਗੀ ਹੈ, ਕਾਈਂਡਲੀ ਤੁਸੀਂ ਆਪਣੇ ਨੀਅਰੈਸਟ ਜਿਹੜੇ ਪੁਲਿਸ ਸਟੇਸ਼ਨ ਹੈ ਉਹਨਾਂ ਨੂੰ ਅਪਰੋਚ ਕਰੋ, ਉਹਦੀ ਵੀ ਅਸੀਂ ਡੂੰਘਾਈ ਨਾਲ ਜਿਹੜੀ ਤਫਤੀਸ਼ ਕਰਾਂਗੇ, ਤੇ ਜਿਹੜੇ ਦੋਸ਼ੀ ਹੈਗੇ ਆ ਉਹਨੂੰ ਅਸੀਂ ਸਜ਼ਾ ਕਰਾਵਾਂਗੇ। ਬਿਲਕੁਲ, ਇਹਦੇ ਤੋਂ ਅਸੀਂ ਜਿਹੜਾ ਨਾਂ ਨਹੀਂ ਕਰ ਸਕਦੇ ਹੈਗੇ ਕਿਉਂਕਿ ਹਜੇ ਤਫਤੀਸ਼ ਬੜੀ ਇਨੀਸ਼ੀਅਲ ਸਟੇਜ 'ਤੇ ਹੈਗੀ ਹੈ। ਡਿਟੇਲ 'ਚ ਇਹਨਾਂ ਦਾ ਮੋਬਾਈਲ ਫੋਰੈਂਸਿਕਸ ਕਰਾਇਆ ਜਾਊਗਾ, ਡਿਟੇਲ 'ਚ ਪੁੱਛਗਿੱਛ ਕੀਤੀ ਜਾਊਗੀ, ਉਹਦੇ ਬਾਅਦ ਅਸੀਂ ਤੁਹਾਨੂੰ ਡਿਟੇਲ 'ਚ ਦੱਸਾਂਗੇ।